ਰਾਸ਼ਟਰਪਤੀ ਭਵਨ 'ਚ ਤੇਂਦੂਆ ਵੜ ਗਿਆ। ਕੀ ਅਜਿਹੀ ਵੀਡੀਓ ਤੁਸੀਂ ਵੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਜਾਂ ਫੋਨਾਂ 'ਤੇ ਦੇਖੀ ਹੈ? ਕੁਝ ਦੂਰੀ 'ਤੇ ਪੂਰੀ ਕੈਬਨਿਟ ਬੈਠੀ ਹੁੰਦੀ ਹੈ ਅਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਵਧਾਈ ਦੇ ਰਹੇ ਹੁੰਦੇ ਨੇ ਮੰਤਰੀ ਦੁਰਗਾ ਦਾਸ। ਤਾਂ ਦੁਰਗਾ ਦਾਸ ਜਿਵੇਂ ਹੀ ਸਹੁੰ ਚੁੱਕਦੇ ਨੇ, ਉਸ ਤੋਂ ਬਾਅਦ ਸਾਈਨ ਕਰਦੇ ਨੇ ਤਾਂ ਕੈਮਰਾ ਹਲਕਾ ਜਿਹਾ ਸਾਈਡ 'ਤੇ ਹੁੰਦਾ ਹੈ ਅਤੇ ਪਿੱਛਿਓਂ ਇੱਕ ਪਰਛਾਈ ਜਿਹੀ ਦਿਖਦੀ ਹੈ ਜਾਂਦੀ ਹੋਈ। ਪਹਿਲਾਂ ਤਾਂ ਲੋਕ ਕਹਿੰਦੇ ਨੇ ਕਿ ਇਹ ਕੁੱਤਾ ਹੈ, ਬਾਅਦ ਦੇ ਵਿੱਚ ਕਹਿੰਦੇ ਨੇ ਕਿ ਇਹ ਤੇਂਦੂਆ ਹੈ, ਕਿਉਂਕਿ ਆਲੇ ਦੁਆਲੇ ਰਾਸ਼ਟਰਪਤੀ ਭਵਨ ਦੇ ਜੰਗਲ ਹੈ, ਇਹ ਤੇਂਦੂਆ ਆ ਸਕਦਾ ਹੈ। ਲੋਕਾਂ ਦੇ ਵੱਲੋਂ ਇਹ ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓ ਨੂੰ ਵਾਇਰਲ ਕੀਤਾ ਜਾ ਰਿਹਾ ਹੈ। ਕੀ ਇਹ ਵੀਡੀਓ ਅਸਲ ਹੈ? ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਡੇ ਮੁਤਾਬਕ ਤੁਹਾਨੂੰ ਕੀ ਲੱਗ ਰਿਹਾ ਹੈ। ਪਰ ਹੁਣ ਤੱਕ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ, ਨਾ ਹੀ ਜੰਗਲ ਵਿਭਾਗ ਦੇ ਵੱਲੋਂ ਕੋਈ ਜਿਹੜੀ ਹੈ ਪੁਸ਼ਟੀ ਕੀਤੀ ਗਈ ਹੈ। ਪਰ ਜਿਹੜੇ ਲੋਕ ਨੇ ਟਵਿੱਟਰ 'ਤੇ ਇੰਸਟਾਗ੍ਰਾਮ ਦੇ ਉੱਤੇ ਵੀਡੀਓਜ਼ ਪਾ ਰਹੇ ਨੇ ਇਸ ਤੇਂਦੂਏ ਨੂੰ ਮਾਰਕ ਕਰ ਰਹੇ ਨੇ ਕਿ ਤੇਂਦੂਆ ਰਾਸ਼ਟਰਪਤੀ ਭਵਨ 'ਚ ਕੀ ਕਰ ਰਿਹਾ ਹੈ। ਅਤੇ ਹੁਣ ਕਈ ਲੋਕ ਇਸ ਨੂੰ ਤੇਂਦੂਆ ਨਹੀਂ ਵਾਈਲਡ ਕੈਟ ਕਹਿ ਰਹੇ ਨੇ, ਜੋ ਕਿ ਪਹਾੜੀ ਬਿੱਲੀ ਵੀ ਹੁੰਦੀ ਹੈ। ਉਹ ਕਹਿ ਰਹੇ ਨੇ ਕਿ ਬਈ ਇਹ ਰਾਸ਼ਟਰਪਤੀ ਭਵਨ ਦੇ ਆਲੇ ਦੁਆਲੇ ਜੰਗਲ ਹੈ ਅਤੇ ਇਹ ਵਾਈਲਡ ਕੈਟ ਉਹਨਾਂ ਜੰਗਲਾਂ ਦੇ ਵਿੱਚ ਰਹਿੰਦੀ ਹੈ, ਕੀ ਪਤਾ ਕੱਲ੍ਹ ਆ ਗਈ ਹੋਵੇ। ਪਰ ਕੋਈ ਵੀ ਪੁਸ਼ਟੀ ਨਹੀਂ ਕਰਦਾ, ਨਾ ਹੀ ਨਿਊਜ਼ 18 ਪੁਸ਼ਟੀ ਕਰ ਰਿਹਾ ਇਸ ਦੀ, ਅਤੇ ਨਾ ਹੀ ਕਿਸੇ ਵੱਡੇ ਅਧਿਕਾਰੀ ਦੇ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ। ਪਰ ਜੇ ਗੱਲ ਕਰੀਏ, ਜੇਕਰ ਅਸਲ ਹੈ ਵੀਡੀਓ, ਕਿਉਂਕਿ ਸਾਡੇ ਕੋਲ ਜਿਹੜੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਹ ਸਿੱਧੀ ਰਾਸ਼ਟਰਪਤੀ ਭਵਨ ਤੋਂ ਲਾਈਵ ਰਿਕਾਰਡ ਹੈ। ਅਸੀਂ ਕੋਈ ਸੋਸ਼ਲ ਮੀਡੀਆ ਦੇ ਉੱਤੋਂ ਵੀਡੀਓ ਨਹੀਂ ਚੱਕੀ, ਨਾ ਹੀ ਕੋਈ ਕਲਿੱਪ ਕੱਟੀ ਹੈ, ਇਹ ਸਾਡੇ ਕੋਲ ਲਾਈਵ ਵੀਡੀਓ। ਜਦ ਕੱਲ੍ਹ PM ਮੋਦੀ ਅਤੇ ਪੂਰੀ ਕੈਬਨਿਟ ਨੇ ਸਹੁੰ ਚੁੱਕੀ, ਉਹ ਪੂਰਾ ਅਸੀਂ ਨਿਊਜ਼ 18 ਪੰਜਾਬ ਨੇ ਲਾਈਵ ਦਿਖਾਇਆ। ਉਸੇ ਲਾਈਵ ਦੇ ਵਿੱਚ ਜਿਹੜੇ ਦੁਰਗਾ ਦਾਸ ਨੇ MP ਨੇ, ਉਹਨਾਂ ਦੀ ਵੀ ਸ਼ਪਥ ਸੀਗੀ, ਜਿਹੜੀ ਸਹੁੰ ਚੁੱਕ ਸਮਾਗਮ ਸੀ ਉਹ ਵੀ ਦਿਖਾਇਆ। ਅਤੇ ਉਸੇ ਵਿੱਚ ਇਹ ਹੁਣ ਵੀਡੀਓ ਜਿਹੜੀ ਹੈ ਸਾਨੂੰ ਮਿਲੀ ਹੈ, ਜਿਸ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਤੇਂਦੂਆ ਜਿਹੜਾ ਹੈ ਉਹ ਪਿੱਛਿਓਂ ਦੀ ਲੰਘਦਾ ਜਾ ਰਿਹਾ ਹੈ। ਹਾਲਾਂਕਿ ਪਿੱਛੇ ਕਾਫੀ ਦੂਰ ਪੌੜੀਆਂ ਬਣੀਆਂ ਹੋਈਆਂ ਨੇ, ਰਾਸ਼ਟਰਪਤੀ ਦੇ ਪਹਿਲਾਂ ਪਿਛਲੀ ਸਾਈਡ 'ਤੇ ਕੁਝ ਗਾਰਡ ਵੀ ਖੜ੍ਹੇ ਨੇ, ਜੇਕਰ ਕੁਝ ਅਜਿਹਾ ਹੁੰਦਾ ਤਾਂ ਰਾਸ਼ਟਰਪਤੀ ਸੁਰੱਖਿਅਤ ਸੀ। ਪਰ ਫਿਰ ਵੀ ਇੱਕ ਜੰਗਲੀ ਜਾਨਵਰ, ਕਈ ਲੋਕ ਇਸ ਨੂੰ ਕੁੱਤਾ ਵੀ ਕਹਿ ਰਹੇ ਸੀ ਅਤੇ ਹੁਣ ਕਈ ਲੋਕ ਇਸ ਨੂੰ ਤੇਂਦੂਆ ਕਹਿ ਰਹੇ ਨੇ। ਤੁਹਾਨੂੰ ਦੇਖਣ ਦੇ ਵਿੱਚ ਇਹ ਕੀ ਚੀਜ਼ ਲੱਗ ਰਹੀ ਹੈ? ਕੀ ਇਹ ਵੀਡੀਓ ਤੁਹਾਨੂੰ ਐਡੀਟਿਡ ਲੱਗ ਰਹੀ ਹੈ ਜਾਂ ਫਿਰ ਇਹ ਵੀਡੀਓ ਓਰਿਜਿਨਲ ਹੈ, ਇਹ ਤੇਂਦੂਆ ਨਹੀਂ ਕੋਈ ਹੋਰ ਜਾਨਵਰ ਹੈ? ਕਮੈਂਟ ਕਰਕੇ ਜ਼ਰੂਰ ਦੱਸਿਓ। ਤਾਂ ਸੋਸ਼ਲ ਮੀਡੀਆ 'ਤੇ ਦਾਅਵਾ ਜ਼ਰੂਰ ਹੋ ਰਿਹਾ ਹੈ 9 ਜੂਨ 2024 ਬੀਤਾ ਦਿਨ, ਜਿਸ ਦਿਨ PM ਮੋਦੀ ਦੇ ਵੱਲੋਂ ਤੀਜੀ ਵਾਰ PM ਬਣਨ 'ਤੇ ਸ਼ਪਥ ਲਈ ਗਈ, ਸਹੁੰ ਚੁੱਕ ਸਮਾਗਮ ਹੋਇਆ, ਕਈ ਮੰਤਰੀ ਬਣੇ ਅਤੇ ਪੂਰੀ ਕੈਬਨਿਟ ਦੇ ਵੱਲੋਂ ਸਹੁੰ ਚੁੱਕੀ ਗਈ। ਜਦ ਮੰਤਰੀ ਦੁਰਗਾ ਦਾਸ ਸਹੁੰ ਚੁੱਕਦੇ ਨੇ, ਦ੍ਰੌਪਦੀ ਮੁਰਮੂ ਨੂੰ ਸਹੁੰ ਚੁੱਕਣ ਤੋਂ ਬਾਅਦ ਵਧਾਈ ਦਿੰਦੇ ਨੇ, ਤਾਂ ਉਸੇ ਵੇਲੇ ਕੈਮਰਾ ਹਲਕਾ ਜਿਹਾ ਮੂਵ ਕਰਦਾ ਹੈ ਅਤੇ ਪਿੱਛੋਂ ਲੰਘ ਰਿਹਾ ਇਹ ਜਾਨਵਰ, ਜਿਹੜੇ ਕਈ ਲੋਕ ਇਸ ਨੂੰ ਤੇਂਦੂਆ ਕਹਿ ਰਹੇ, ਕਈ ਕੁੱਤਾ, ਅਤੇ ਹੁਣ ਕਈ ਲੋਕ ਇਸ ਨੂੰ ਵਾਈਲਡ ਕੈਟ ਕਹਿਣ ਲੱਗ ਗਏ ਨੇ। ਤਾਂ ਕਮੈਂਟ ਕਰਕੇ ਦੱਸੋ ਅਸਲ ਦੇ ਵਿੱਚ ਤੁਹਾਨੂੰ ਇਹ ਵੀਡੀਓ ਅਸਲੀ ਲੱਗ ਰਹੀ ਹੈ, ਇਹ ਤੇਂਦੂਆ ਲੱਗ ਰਿਹਾ ਹੈ ਜਾਂ ਫਿਰ ਕੋਈ ਹੋਰ ਜਾਨਵਰ ਹੈ? ਹਾਲੇ ਤੱਕ ਨਿਊਜ਼ 18 ਪੁਸ਼ਟੀ ਨਹੀਂ ਕਰ ਰਿਹਾ, ਪਰ ਜਿਹੜੀ ਵੀਡੀਓ ਹੈ ਉਹ ਸੋਸ਼ਲ ਮੀਡੀਆ 'ਤੇ ਵਾਇਰਲ ਜ਼ਰੂਰ ਹੋ ਰਹੀ ਹੈ।